ਖੁਦ ਗਿੱਲੇ ਪੈ ਪੈ ਕੇ ਵੇ ਤੈਨੂੰ ਸੁੱਕੇ ਪਾਉਂਦੀ ਰਹੀ, ਰਾਤਾਂ ਨੂੰ ਉੱਠ ਉੱਠ ਕੇ ਵੇ ਤੈਨੂੰ ਆ ਦੁੱਧ ਪਿਆਉਂਦੀ ਰਹੀ। ਸੇਵਾ ਮੈਂ 16 ਸਾਲ ਤੋਂ ਕਰ ਰਿਹਾ, ਮੈਂ ਨਾ ਕੋਈ ਤਨਖਾਹ ਲੈ ਰਿਹਾ ਜੀ। ਸਾਡੇ ਪਰਿਵਾਰ ਦੇ ਵਿੱਚ ਜੀ ਸਾਰੇ ਹੀ ਅਫਸਰ ਹੈ ਜੀ, ਸਾਰੇ ਜਿੰਨੇ ਵੀ ਹੈ, ਕੋਈ ਬਿਜਲੀ ਮਹਿਕਮੇ 'ਚ ਅਫਸਰ ਹੈ ਜੀ, ਕੋਈ ਪੁਲਿਸ 'ਚ ਅਫਸਰ ਰਿਟਾਇਰ ਹੋਇਆ ਜੀ, ਮੇਰੇ ਘਰ ਵਾਲੀ ਵੀ ਇਸ PR O ਮਹਿਕਮੇ 'ਚ ਲੱਗੀ ਹੋਈ ਸੀ ਕਲਾਕਾਰ ਜੀ। ਮੈਂ ਚਮਕੀਲਾ ਜੀ ਦਾ ਸਖਾ ਸਾਡੂ ਹੈ ਜੀ, ਪਿੰਡ ਮੇਰਾ ਗੋਲੇ ਵਾਲਾ ਜੀ। ਸ਼ਮਸ਼ਾਨ ਘਾਟ ਦਾ ਮਤਲਬ ਇਹੋ ਹੀ ਹੁੰਦਾ ਜੀ, ਸ਼ਮਸ਼ਾਨ ਘਾਟ ਦੇ ਵਿੱਚ ਸਭ ਦੀ ਜਿਹੜੀ ਇੱਜ਼ਤ ਹੈ ਇੱਕੋ ਜੀ ਹੈ। ਮਾਂ ਦੇ ਦਰਦ ਨੂੰ ਬਿਆਨ ਕਰਦਾ ਗੀਤ ਗਾ ਰਹੇ ਇਹ ਨੇ ਜ਼ਿਲ੍ਹਾ ਫਰੀਦਕੋਟ ਦੇ ਬੂਟਾ ਗੱਪੀ। ਟੱਕੇ ਠਾਕਾ ਪਾਲਿਆ ਵੇ ਪੁੱਤ ਟੱਕੇ ਮਾਰਦਾ। ਇਹਨਾਂ ਦੇ ਨਾਮ ਪਿੱਛੇ ਬੇਸ਼ੱਕ ਗੱਪੀ ਸ਼ਬਦ ਨੂੰ ਸੁਣੇ ਤੁਹਾਨੂੰ ਥੋੜੇ ਮਜ਼ਾਕੀਆ ਕਿਸਮ ਦੇ ਇਨਸਾਨ ਲੱਗ ਰਹੇ ਹੋਣਗੇ, ਪਰ ਅਜਿਹਾ ਬਿਲਕੁਲ ਵੀ ਨਹੀਂ ਹੈ। ਕਿਉਂਕਿ ਬੂਟਾ ਗੱਪੀ ਸ਼ਮਸ਼ਾਨ ਘਾਟ 'ਚ ਜਿਹੜਾ ਕੰਮ ਕਰ ਰਹੇ ਨੇ ਉਸ 'ਚ ਇਹਨਾਂ ਦੇ ਨਾਮ ਦੇ ਉਲਟ ਸੱਚਾਈ, ਇਮਾਨਦਾਰੀ ਤੇ ਸੇਵਾ ਦੀ ਭਾਵਨਾ ਸਾਫ਼ ਝਲਕਦੀ ਹੈ। ਬੂਟੇ ਗੱਪੀ ਨੇ ਸਭ ਕੁਝ ਛੱਡ ਕੇ ਆਪਣੀ ਜ਼ਿੰਦਗੀ ਜੋ ਹੈ ਲੋਕਾਂ ਦੇ ਲੇਖੇ ਲਾਉਣ ਦੇ ਲਈ ਜਦੋਂ ਜਹਿਦ ਕੀਤੀ ਅਤੇ ਅੱਜ ਫਰੀਦਕੋਟ ਦੇ ਰਾਮ ਬਾਗ ਵਿੱਚ ਦਿਨ ਦੇ ਨਾ ਜਾਣੇ ਕਿੰਨੇ ਹੀ ਉਹ ਸੰਸਕਾਰ ਕਰਵਾਉਂਦਾ ਹੈ ਅਤੇ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਜਿੰਨੀਆਂ ਵੀ ਕਿਰਿਆਵਾਂ ਹੁੰਦੀਆਂ ਨੇ ਬੂਟਾ ਗੱਪੀ ਆਪਣੇ ਹੱਥੀ ਕਰਦਾ ਹੈ। ਆਓ ਇੱਕ ਨਜ਼ਰ ਮਾਰ ਲੈਂਦੇ ਹਾਂ ਬੂਟੇ ਗੱਪੀ ਦੀ ਜ਼ਿੰਦਗੀ 'ਤੇ। ਬੂਟਾ ਗੱਪੀ ਨੂੰ ਅਜਿਹੀ ਸੇਵਾ ਦੀ ਲੱਤ ਉਹਨਾਂ ਦੀ ਵਿਦੇਸ਼ 'ਚ ਰਹਿੰਦੀ ਪਤਨੀ ਦੀ ਮੌਤ ਤੋਂ ਬਾਅਦ ਲੱਗੀ। ਉਹਨਾਂ ਸਰਕਾਰੀ ਨੌਕਰੀ ਤੋਂ ਰਿਟਾਇਰਮੈਂਟ ਲਈ ਤੇ ਆਪਣੇ ਕੁਝ ਸਾਥੀਆਂ ਦੀ ਸਲਾਹ ਦੇ ਨਾਲ ਇਹ ਨੇਕ ਕੰਮ ਸ਼ੁਰੂ ਕਰ ਦਿੱਤਾ। ਇਸ ਦੇ ਲਈ ਉਹਨਾਂ ਅੱਜ ਤੱਕ ਨਾ ਤਾਂ ਕਿਸੇ ਕੋਲੋਂ ਕੋਈ ਤਨਖਾਹ ਲਈ ਤੇ ਨਾ ਹੀ ਕਿਸੇ ਚੀਜ਼ ਦੀ ਮੰਗ ਕੀਤੀ। ਬੂਟਾ ਜੀ, ਸਭ ਤੋਂ ਪਹਿਲੇ ਜਾਣਨਾ ਚਾਹਾਂਗੇ, ਤੁਹਾਡੇ ਬਾਰੇ ਜਾਣਨਾ ਚਾਹਾਂਗੇ। ਦੱਸਦੇ ਨੇ ਕਿ ਕਾਫੀ ਅੱਛੇ ਸਟਰੋਂਗ ਪਰਿਵਾਰ ਤੋਂ ਸੀਗੇ ਤੁਸੀਂ, ਸਭ ਕੁਝ ਛੱਡ ਕੇ ਤੁਸੀਂ ਇਸ ਪਾਸੇ ਧਿਆਨ ਕਿਵੇਂ ਲਾਇਆ? ਇਸ ਕਰਕੇ ਆਇਆ ਜੀ, ਮੈਂ ਜਦੋਂ ਰਿਟਾਇਰ ਹੋ ਗਿਆ ਸੀ ਨਾ ਜੀ, ਅਤੇ ਮੈਨੂੰ ਬਹੁਤ ਲੋਕਾਂ ਨੇ ਸਕੀਮਾਂ ਦਿੱਤੀਆਂ ਵੀ ਆਹ ਸੇਵਾ ਕਰ ਲਾ, ਆਹ ਸੇਵਾ ਕਰ ਲਾ, ਆਹ ਸੇਵਾ ਕਰ ਲਾ। ਫਿਰ ਮੈਨੂੰ ਇਹ ਸੇਵਾ ਜਿਹੜੀ ਹੈ ਰਾਮਬਾਗ ਦੀ, ਮੈਨੂੰ ਕਿਸੇ ਨੇ ਕਿਹਾ ਵੀ ਤੂੰ ਆਹ ਕਰ ਲਾ, ਉਹ ਸੇਵਾ ਮੈਂ ਪ੍ਰਵੀਨ ਕਾਲਾ ਜੀ ਸਾਡੇ ਆਂਡਿਆਂ ਵਾਲੇ ਚੇਅਰਮੈਨ ਸਾਹਿਬ ਹੈ ਜੀ, ਉਹਨਾਂ ਦੇ ਕਹਿਣ 'ਤੇ ਇਹ ਸੇਵਾ ਮੈਂ 16 ਸਾਲ ਤੋਂ ਕਰ ਰਿਹਾ। ਮੈਂ ਨਾ ਕੋਈ ਤਨਖਾਹ ਲੈ ਰਿਹਾ ਜੀ, ਨਾ ਮੇਰਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ, ਮੇਰਾ ਤਾਂ ਸੇਵਾ ਨਾਲ ਮਤਲਬ ਹੈ। ਮੈਨੂੰ ਬਾਬੇ ਨਾਨਕ ਜੀ ਨੇ ਇਹ ਸੇਵਾ ਦਿੱਤੀ ਹੈ ਅਤੇ ਇਹ ਪਤਾ ਨਹੀਂ ਕਿੰਨਾ ਚਿਰ ਉਹਨਾਂ ਨੇ ਮੇਰੇ ਤੋਂ ਸੇਵਾ ਕਰਾਉਣੀ ਹੈ। ਇਸ ਵੇਲੇ ਮੈਂ 74 ਸਾਲ ਦਾ ਹੋ ਗਿਆ ਜੀ, ਅਤੇ ਮੇਰੀ ਬੇਨਤੀ ਇਹ ਹੋਈ ਹੈ ਸਾਰਿਆਂ ਨੂੰ ਹੀ ਵੀ ਚੰਗੇ ਕੰਮ ਕਰੋ ਅਤੇ ਸੇਵਾ ਕਰੋ ਜਿੰਨੀ ਹੋ ਸਕਦੀ ਹੈ ਜੀ। ਸੁਰੀਲੀ ਆਵਾਜ਼ ਦੇ ਮਾਲਕ ਬੂਟਾ ਗੱਪੀ ਆਪਣੇ ਆਪ ਨੂੰ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਸਾਂਢੂ ਦੱਸਦੇ ਨੇ।
ਬੂਟਾ ਗੱਪੀ ਕਈ ਗੀਤ ਲਿਖ ਚੁੱਕੇ ਨੇ ਤੇ ਖਾਸ ਗੱਲ ਇਹ ਹੈ ਕਿ ਇਹਨਾਂ ਦਾ ਸਾਰਾ ਪਰਿਵਾਰ ਸਰਕਾਰੀ ਮਹਿਕਮਿਆਂ 'ਚ ਵੱਡੇ ਅਹੁਦਿਆਂ 'ਤੇ ਸੇਵਾਵਾਂ ਨਿਭਾ ਰਿਹਾ, ਜਿਨ੍ਹਾਂ 'ਚੋਂ ਕੁਝ ਸੇਵਾ ਮੁਕਤ ਵੀ ਹੋ ਚੁੱਕੇ ਨੇ। ਤੁਹਾਡੇ ਪਰਿਵਾਰ ਬਾਰੇ ਜਾਣਨਾ ਚਾਹਾਂਗੇ, ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਸੀ, ਕੌਣ ਕੌਣ ਹੈ, ਕੀ ਕਰਦੇ ਨੇ? ਸਾਡੇ ਪਰਿਵਾਰ ਦੇ ਵਿੱਚ ਜੀ ਸਾਰੇ ਅਫਸਰ ਹੈ ਜੀ, ਸਾਰੇ ਜਿੰਨੇ ਵੀ ਆ, ਕੋਈ ਬਿਜਲੀ ਮਹਿਕਮੇ 'ਚ ਅਫਸਰ ਹੈ ਜੀ, ਕੋਈ ਪੁਲਿਸ 'ਚ ਅਫਸਰ ਰਿਟਾਇਰ ਹੋਇਆ ਜੀ, ਮੇਰੇ ਘਰ ਵਾਲੀ ਵੀ ਇਸ PRO ਮਹਿਕਮੇ 'ਚ ਲੱਗੀ ਹੋਈ ਸੀ ਕਲਾਕਾਰ ਜੀ, ਉਹਦਾ ਇੰਦਰਜੀਤ ਉਹਦਾ ਨਾਂ ਸੀ, ਮੈਂ ਚਮਕੀਲਾ ਜੀ ਦਾ ਸਖਾ ਸਾਢੂ ਹੈ ਜੀ, ਪਿੰਡ ਮੇਰਾ ਗੋਲੇ ਵਾਲਾ ਜੀ, ਅਤੇ ਸ਼ਹਿਰ ਮੇਰਾ ਫਰੀਦਕੋਟ ਹੈ ਜੀ। ਸਾਡਾ ਪਰਿਵਾਰ ਜਿਹੜਾ ਉਹ ਰੱਬ ਤੋਂ ਇੰਨਾ ਡਰਦਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ। ਲੋਕਾਂ ਦੀ ਗੱਲ ਕਰ ਲੈਂਦੇ ਹਾਂ, ਤੁਸੀਂ ਲਗਾਤਾਰ ਇੱਥੇ ਸੇਵਾ ਕਰ ਰਹੇ ਹੋ, ਰੋਜ਼ਾਨਾ ਕਾਫੀ ਵੱਡੀ ਗਿਣਤੀ ਵਿੱਚ ਇੱਥੇ ਜੋ ਨੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਉਹ ਲੋਕ ਇੱਥੇ ਦੇ ਪਰਿਵਾਰ ਉਹਨਾਂ ਦੇ ਆਉਂਦੇ ਨੇ। ਹਾਂਜੀ, ਤਾਂ ਇੱਥੇ ਸੇਵਾ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ? ਇੱਥੇ ਸੇਵਾ ਤਾਂ ਜੀ ਪਹਿਲਾਂ ਤਾਂ ਜੀ ਜਦੋਂ ਸਾਡੇ ਡਰਾਈਵਰ ਆ ਸੀਰਾ ਜੀ ਉਹ ਲੈ ਕੇ ਆਉਂਦਾ ਜੀ, ਉਸ ਤੋਂ ਬਾਅਦ ਉਹ ਗੱਡੀ 'ਚੋਂ ਕੱਢ ਕੇ ਜਿੱਥੇ ਘੜਾ ਪਾਉਂਦੇ ਆ ਜੀ ਉੱਥੇ ਸੇਵਾ ਚੱਲਦੀ ਹੈ ਜੀ, ਉਹ ਸੇਵਾ ਕਰਾ ਕੇ ਫਿਰ ਅੱਗੇ ਇੱਥੇ ਅੱਗੇ ਆ ਜਾਂਦੇ ਆ ਜੀ, ਅੱਗੇ ਫਿਰ ਅਸੀਂ ਰਖਾ ਦਿੰਦੇ ਹਾਂ ਜੀ, ਉਹ ਸੇਵਾ ਕਰਾ ਕੇ ਉਸ ਤੋਂ ਬਾਅਦ ਅਸੀਂ ਲੱਕੜਾਂ ਲਾਈਆਂ ਹੁੰਦੀਆਂ, ਸਭਾ ਜਿਹੜਾ ਕੰਮ ਹੁੰਦਾ ਤਿਆਰ ਕੀਤਾ ਹੁੰਦਾ, ਬੁੱਕਰ ਬੁੱਕਰ ਦਿੱਤੀ ਹੁੰਦੀ ਹੈ ਜੀ, ਅਤੇ ਜਦੋਂ ਵੀ ਕੋਈ ਆਉਂਦੇ ਆ ਇਸ ਰਾਮਬਾਗ 'ਚ ਕਿਸੇ ਨੂੰ ਕੋਈ ਤਕਲੀਫ ਨਹੀਂ, ਕੋਈ ਬੰਦਾ ਇੱਕ ਬੰਦਾ ਵੀ ਕਹਿ ਦੇਵੇ ਸ਼ਹਿਰ 'ਚ ਕਹਿ ਦੇਵੇ ਜਾਂ ਇਲਾਕੇ 'ਚ ਕਹਿ ਦੇਵੇ ਵੀ ਉਸ ਮੈਡੀਕਲ ਵਾਲੇ ਰਾਮਬਾਗ 'ਚ ਆਹ ਤਕਲੀਫ ਹੈ ਅਤੇ ਮੈਂ ਮਤਲਬ ਉਹਦਾ ਰੀ ਨਹੀਂ ਹੋਊਂਗਾ, ਅਤੇ ਇੱਥੋਂ ਕਿਉਂਕਿ ਇੱਥੇ ਜਿਹਨੇ ਆਉਣਾ ਦੁਖੀ ਹੋਣਾ, ਅਸੀਂ ਦੁਖੀਆਂ ਦੀ ਸੇਵਾ ਕਰਕੇ ਬਹੁਤ ਖੁਸ਼ ਹੁੰਦੇ ਹਾਂ, ਸਾਨੂੰ ਬਾਬਾ ਨਾਨਕ ਜੀ ਸਾਨੂੰ ਹੋਰ ਇੱਦੂ ਵੀ ਸੇਵਾ ਦੇਵੇ ਜੀ। ਦੱਸਦੇ ਨੇ ਕਿ ਤੁਸੀਂ ਰਿਟਾਇਰ ਹੋਏ ਹੋਏ ਹੋ, ਜੋ ਪੈਨਸ਼ਨ ਤੁਹਾਡੀ ਆਉਂਦੀ ਹੈ ਉਹਦੇ 'ਚੋਂ ਵੀ ਤੁਸੀਂ ਜਿੱਥੇ ਲੋੜ ਪੈਂਦੀ ਹੈ ਖਰਚ ਕਰ ਦਿੰਦੇ ਹੋ ਸਿਰਫ ਸੇਵਾ ਵਾਸਤੇ। ਹਾਂਜੀ, ਤਾਂ ਸਹਾਇਤਾ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ? ਸਹਾਇਤਾ ਇੰਝ ਆ ਜੀ, ਇੱਥੇ ਕੋਈ ਆ ਜਾਂਦੇ ਆ, ਕੋਈ ਕਿਸੇ ਨੂੰ ਦਵਾਈ ਲਈ, ਜਿਹੜੀ ਮੈਂ ਤੁਹਾਨੂੰ ਇੱਥੇ ਗੱਲ ਕਹਿ ਰਿਹਾ ਜੀ, ਇਹਨਾਂ ਗੱਲਾਂ 'ਚੋਂ ਇੱਕ ਗੱਲ ਵੀ ਝੂਠ ਹੋਵੇ ਨਾ ਤਾਂ ਮੈਂ ਗੁਨਾਹਗਾਰ ਹਾਂ ਜੀ, ਬਾਬੇ ਨਾਨਕ ਦੀ ਵੀ ਕਚਹਿਰੀ 'ਚ ਗੁਨਾਹਗਾਰ ਹਾਂ ਅਤੇ ਤੁਹਾਡੀ ਵੀ ਕਚਹਿਰੀ ਗੁਨਾਹਗਾਰ ਹਾਂ ਜੀ। ਇੱਥੇ ਬਹੁਤ ਜਣੇ ਹੁੰਦੇ ਆ, ਕਿਸੇ ਦਾ ਟਾਇਰ ਪਾਟਿਆ ਹੁੰਦਾ ਉਹ ਟਾਇਰ ਲੈ ਕੇ ਦਿੰਦਾ ਜੀ, ਕਿਸੇ ਦੀ ਟੂਬ ਪਾਟੀ ਹੁੰਦੀ ਹੈ ਟੂਬ ਲੈ ਕੇ ਦਿੰਦਾ ਜੀ, ਕਿਸੇ ਕੋਲ ਰਜਾਈ ਨਹੀਂ ਹੁੰਦੀ ਉਹ ਲੈ ਕੇ ਦਿੰਦਾ ਜੀ, ਕਿਸੇ ਕੋਲ ਦਵਾਈਆਂ ਵਾਸਤੇ ਪੈਸੇ ਨਹੀਂ ਹੁੰਦੇ ਉਹ ਦਿੰਦਾ ਜੀ, ਅਤੇ ਜਿੱਥੇ ਵੀ ਕੋਈ ਸਾਡਾ ਲੰਗਰ ਲੱਗਦਾ ਉੱਥੇ ਵੀ ਅਸੀਂ ਸੇਵਾ ਕਰੀਦੀ ਹੈ ਜੀ। ਦਿਨ ਦੇ ਕਿੰਨੇ ਕੁ ਲੋਕ ਇੱਥੇ ਆਉਂਦੇ ਨੇ? ਕਿਉਂਕਿ ਅਸੀਂ ਸ਼ੁਰੂ ਤੋਂ ਵੀ ਅਸੀਂ ਵੀ ਦੇਖਦੇ ਰਹੇ ਹਾਂ ਕਿ ਸ਼ੁਰੂ ਤੋਂ ਲੈ ਕੇ ਜਿੰਨੀ ਵੀ ਆਖਰ ਤੱਕ ਕਿਰਿਆਵਾਂ ਹੁੰਦੀਆਂ ਨੇ ਉਹ ਸਾਰੀਆਂ ਕਿਤੇ ਲਵਾਰਿਸ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੀ ਕਿਸ ਤਰੀਕੇ ਨਾਲ ਹੁੰਦੀ ਹੈ? ਜਿਹੜੀ ਲਵਾਰਿਸ ਦੀ ਅਸੀਂ ਸੰਸਕਾਰ ਕਰਦੇ ਨੇ ਜੀ, ਸਾਡੇ ਅਸ਼ੋਕ ਕੁਮਾਰ ਜੀ ਭੜਾਗਰ ਸਾਹਿਬ ਪ੍ਰਧਾਨ ਹੈ ਜੀ, ਅਤੇ ਸਾਡੇ ਪ੍ਰਵੀਨ ਕਾਲਾ ਜੀ ਚੇਅਰਮੈਨ ਆ, ਅਸੀਂ ਜਿਵੇਂ ਘਰ ਵਾਲੇ ਤਾਂ ਹਾਲੇ ਉਸ ਕੰਮ ਦੇ ਵਿੱਚ ਕੋਈ ਕਿਰਾਈ ਕਰ ਦੇਣਗੇ, ਪਰ ਸਹਾਰਾ ਸੁਸਾਇਟੀ ਵਾਲੇ ਅਸੀਂ ਉਸ ਕੰਮ 'ਚ ਕੋਈ ਸੁਸਾਇਟੀ ਨਹੀਂ ਕਰਦੇ, ਅਸੀਂ ਵਿਧੀ ਦੇ ਨਾਲ ਹੀ ਸੰਸਕਾਰ ਕਰਦੇ ਹਾਂ ਜੀ, ਉਵੇਂ ਘਿਓ ਲਾਉਂਦੇ ਹਾਂ, ਉਵੇਂ ਉਹਦੇ ਇੱਜ਼ਤ ਮਾਨ ਕਰਦੇ ਹਾਂ, ਉਵੇਂ ਹੀ ਅਰਦਾਸ ਕਰਦੇ ਹਾਂ, ਅਤੇ ਉਵੇਂ ਜਿੰਨੇ ਸਾਡੇ ਨਾਲ ਪੰਜਾਬ ਪੁਲਿਸ ਦੇ ਕਰਮਚਾਰੀ ਹੁੰਦੇ ਆ ਉਵੇਂ ਉਹ ਸੇਵਾ ਕਰਦੇ ਆ ਜੀ। ਦੱਸਿਆ ਜਾਂਦਾ ਕਿ ਜਿਸ ਵਕਤ ਅਸਥੀਆਂ ਪ੍ਰਵਾਹ ਕੀਤੀਆਂ ਜਾਂਦੀਆਂ ਨੇ ਉਸ ਵਿੱਚ ਹਿੰਦੂ ਮੁਸਲਿਮ ਸਿੱਖ ਈਸਾਈ ਹਰ ਧਰਮ ਦੇ ਲੋਕ ਹੁੰਦੇ ਨੇ ਉਸ ਵਿੱਚ? ਇੱਥੇ ਜੀ ਇਸ ਰਾਮਬਾਗ 'ਚ ਕੋਈ ਧਰਮ ਨਹੀਂ ਜੀ, ਰਾਮਬਾਗ 'ਚ ਇੱਕ ਸਭ ਇੱਕ ਹੈ, ਸ਼ਮਸ਼ਾਨ ਘਾਟ ਦਾ ਮਤਲਬ ਇਹੋ ਹੀ ਹੁੰਦਾ ਜੀ, ਸ਼ਮਸ਼ਾਨ ਘਾਟ ਦੇ ਵਿੱਚ ਸਭ ਦੀ ਜਿਹੜੀ ਇੱਜ਼ਤ ਹੈ ਇੱਕੋ ਜੀ ਹੈ, ਕੋਈ ਸਰਦਾਰ ਹੈ
ਕੋਈ ਗਰੀਬ ਹੈ, ਰਾਮਬਾਗ ਵਿੱਚ ਇੱਕੋ ਜਿਹਾ ਸਭ ਦਾ ਸਤਿਕਾਰ ਹੁੰਦਾ ਹੈ ਜੀ। ਦੱਸਿਆ ਜਾ ਰਿਹਾ ਕਿ ਤੁਹਾਨੂੰ ਅਵਾਰਡ ਵੀ ਮਿਲ ਚੁੱਕੇ ਨੇ, ਪ੍ਰਧਾਨ ਮੰਤਰੀ ਸਾਹਿਬ ਤੋਂ ਹੀ ਮਿਲਿਆ ਹੈ, ਰਾਸ਼ਟਰਪਤੀ ਸਾਹਿਬ ਤੋਂ ਹੀ ਮਿਲਿਆ। ਹਾਂਜੀ, ਇਹ ਮੈਨੂੰ ਮਹਿਕਮੇ ਨੇ ਦਵਾਇਆ ਸੀ ਜੀ, ਪ੍ਰਧਾਨ ਮੰਤਰੀ ਸਨਮਾਨ ਅਤੇ ਰਾਸ਼ਟਰਪਤੀ ਸਨਮਾਨ ਅਤੇ ਜੀ। ਅਸੀਂ 26 ਜਨਵਰੀ 'ਤੇ ਗਏ ਸੀਗੇ, ਉੱਥੇ ਝਾਕੀ ਕੱਢੀ ਸੀ ਐਤਵਾਰ ਵੇਲੇ ਬਾਬਾ ਫਰੀਦ ਜੀ ਦੀ, ਉਦੋਂ ਸਾਨੂੰ ਸਨਮਾਨਿਤ ਕੀਤਾ ਗਿਆ ਸੀ ਜੀ। ਹੁਣ ਕੀ ਸਮਝਦੇ, ਲੋਕਾਂ ਨੂੰ ਕੀ ਮੈਸੇਜ ਤੁਹਾਡਾ, ਜਿਹੜੇ ਲੋਕ ਮੰਨ ਲਓ ਕਿ ਅੱਜ ਕੱਲ੍ਹ ਸੇਵਾ ਦਾ ਵੀ ਨਜ਼ਰੀਆ ਬਦਲ ਗਿਆ, ਕੋਈ ਸੇਵਾ ਵਿੱਚ ਵੀ ਬਿਜ਼ਨਸ ਵੜ ਗਿਆ ਅੱਜ ਕੱਲ੍ਹ, ਅਤੇ ਲੋਕਾਂ ਨੂੰ ਕੀ ਅਪੀਲ ਹੈ ਕਿ ਦਾਨ ਪੁੰਨ ਕਰਦੇ ਨੇ, ਕਿਸ ਚੀਜ਼ਾਂ ਦਾ ਧਿਆਨ ਰੱਖਣ? ਮੇਰੀ ਤਾਂ ਬੇਨਤੀ ਇੱਕੋ ਹੀ ਹੈ, ਜਿੱਥੇ ਵੀ ਸੇਵਾ ਕੋਈ ਮਿਲਦੀ ਹੈ ਕਰ ਲਓ, ਤੇਰ ਮੇਰ 'ਚ ਨਾ ਪਾਓ। ਜਦੋਂ ਆਪਾਂ ਤੇਰ ਮੇਰ 'ਚ ਪੈ ਜਾਂਗੇ ਨਾ ਜੀ, ਨਾ ਤਾਂ ਸੇਵਾ ਹੋਵੇਗੀ ਅਤੇ ਨਾਲੇ ਤੁਹਾਨੂੰ ਉਹ ਬਿਮਾਰੀਆਂ ਲੱਗਣਗੀਆਂ। ਜਿੰਨਾ ਚੀਜ਼ ਤੁਸੀਂ ਤੇਰ ਮੇਰ ਵਿੱਚੋਂ ਨਹੀਂ ਕੱਢਦੇ, ਤੁਸੀਂ ਸੇਵਾ ਨਹੀਂ ਕਰ ਸਕਦੇ। ਇਹ ਉਹ ਹੈ ਜੀ, ਇਹ ਆ ਹੈ ਜੀ, ਉਹ ਆ ਹੈ, ਇਹ ਗੱਲ ਨਹੀਂ ਬਣਦੀ ਸੇਵਾ 'ਚ। ਸੇਵਾ ਕਰਨੀ ਹੈ ਤਾਂ ਅੰਦਰੋਂ ਧੁਰੋ ਕਰੋ, ਨਹੀਂ ਤਾਂ ਬਾਕੀ ਵਿਖਾਵਾ ਕਰੋਗੇ ਅਤੇ ਤੁਹਾਨੂੰ ਬਾਬਾ ਨਾਨਕ ਵੀ ਨਹੀਂ ਬਖਸ਼ੂਗਾ ਜੀ। ਇੱਥੇ ਕੰਧਾਂ 'ਤੇ ਲਿਖਿਆ ਹੋਇਆ ਕਈ ਥਾਵਾਂ 'ਤੇ, ਬੂਟਿਆਂ ਨੂੰ ਨਾ ਛੇੜੋ, ਬੂਟੇ ਗੱਪੀ ਨੂੰ ਛੇੜ ਦਿਓ। ਆ ਬੂਟਾ ਗੱਪੀ ਨਾਮ ਕਿਵੇਂ ਪਿਆ ਤੁਹਾਡਾ? ਇਹ ਜੀ ਰਾਮਲੀਲਾ 'ਚੋਂ ਮੇਰਾ ਨਾਮ ਪਿਆ ਜੀ। ਪਿੰਡੋਂ ਗੋਲੇ ਵਾਲੇ ਫਰੀਦਕੋਟ ਆਏ ਸੀ ਜੀ, ਇੱਥੇ ਰਾਮਲੀਲਾ 'ਚ ਮੈਂ ਲੱਗਦਾ ਸੀ, ਉਹਨਾਂ ਨੇ ਮੈਨੂੰ ਯੋਕਰ ਬਣਾ ਤਾ। ਯੋਕਰ ਬਣਾ ਕੇ ਬੂਟਾ ਗੱਪੀ ਮੇਰਾ ਸਾਰਾ ਇੰਡੀਆ 'ਚ ਨਾਂ ਚਲਾ ਗਿਆ ਜੀ, ਬੰਬੇ ਤੱਕ ਨਾਂ ਚਲਾ ਗਿਆ ਬੂਟਾ ਗੱਪੀ। ਬੂਟਾ ਗੱਪੀ ਸਭ ਤੋਂ ਪਹਿਲਾਂ ਡਰਾਮੇ ਮੈਂ ਤਿਆਰ ਕਰਾਏ ਆ ਜੀ। ਸਭ ਤੋਂ ਪਹਿਲਾਂ ਟੈਲੀਵਿਜ਼ਨ 'ਚ ਮੇਰੀ ਰੰਗੀਨ ਫੋਟੋ ਆਈ ਸੀ ਜੀ, ਅਤੇ ਮੇਰੀ ਸਭ ਤੋਂ ਯਾਰੀ ਭੇਟ ਵੱਜੀ ਹੈ ਰੰਗ ਵਰਸੇ ਦਰਬਾਰ, ਮਈਆ ਜੀ ਤੇਰੇ ਰੰਗ ਵਰਸੇ। ਕਈ ਬੰਦੇ ਕਹਿੰਦੇ ਆ ਜੀ ਉਹਦੀ ਲਿਖੀ ਹੈ, ਉਹਦੀ ਲਿਖੀ ਹੈ, ਇਹ ਭੇਟ ਮੇਰੀ ਲਿਖੀ ਹੈ, ਇਹ ਬੂਟਾ ਗੱਪੀ ਜੀ ਲਿਖੀ ਹੈ। ਕੋਈ ਬੰਦਾ ਇਹਨੂੰ ਸਬੂਤ ਕਰਾ ਦੇ ਹੋਰ ਕਿਸੇ ਦੀ ਲਿਖੀ ਹੋਈ, ਮੈਂ ਗੁਨਾਹਗਾਰ ਹਾਂ ਜੀ। ਤੁਹਾਨੂੰ ਦੱਸ ਦਈਏ ਕਿ ਬੂਟਾ ਜੀ ਜੋ ਨੇ ਕਾਫੀ ਅੱਛੇ ਰਾਈਟਰ ਵੀ ਨੇ, ਬਹੁਤ ਕੁਛ ਲਿਖਿਆ ਇਹਨਾਂ ਨੇ। ਬੂਟਾ ਜੀ ਭਜਨ ਵੀ ਤੁਸੀਂ ਬਹੁਤ ਲਿਖੇ ਹੈ, ਗੀਤ ਵੀ ਬਹੁਤ ਲਿਖੇ ਹੈ, ਕੁਛ ਨਾ ਕੁਛ ਲੋਕਾਂ ਵਾਸਤੇ, ਕੁਛ ਮਾਨਵਤਾ ਵਾਸਤੇ ਜ਼ਰੂਰ ਸੁਣਨਾ ਚਾਹਾਂਗਾ। ਖੁਦ ਗਿੱਲੇ ਪੈ ਪੈ ਕੇ ਵੇ ਤੈਨੂੰ ਸੁੱਕੇ ਪਾਉਂਦੀ ਰਹੀ, ਖੁਦ ਗਿੱਲੇ ਪੈ ਪੈ ਕੇ ਵੇ ਤੈਨੂੰ ਸੁੱਕੇ ਪਾਉਂਦੀ ਰਹੀ, ਰਾਤਾਂ ਨੂੰ ਉੱਠ ਉੱਠ ਕੇ ਵੇ ਤੈਨੂੰ ਹੈ ਦੁੱਧ ਪਿਆਉਂਦੀ ਰਹੀ, ਰਾਤਾਂ ਨੂੰ ਉੱਠ ਉੱਠ ਕੇ ਵੇ ਤੈਨੂੰ ਦੁੱਧ ਪਿਆਉਂਦੀ ਰਹੀ। ਤੂੰ ਇੱਜ਼ਤ ਦਾ ਪੂਰਾ ਏ ਵੇ ਤੂੰ ਨਹੀਂ ਹਾਰਦਾ ਏ, ਉਹ ਤੱਕੇ ਖਾ ਖਾ ਪਾਲਿਆ ਵੇ ਪੁੱਤ ਤੱਕੇ ਮਾਰਦਾ, ਧੱਕੇ ਖਾ ਖਾ ਆ ਪਾਲਿਆ ਵੇ ਪੁੱਤ ਧੱਕੇ ਮਾਰਦਾ, ਵੇ ਪੁੱਤ ਧੱਕੇ ਮਾਰਦਾ, ਵੇ ਪੁੱਤ ਧੱਕੇ ਮਾਰਦਾ। ਤਾਂ ਇਹ ਕਹਾਣੀ ਸੀ ਬੂਟੇ ਗੱਪੀ ਦੀ, ਜੋ ਕਿ ਰੋਜ਼ਾਨਾ ਇੱਥੇ ਵੱਡੀ ਗਿਣਤੀ ਵਿੱਚ ਜੋ ਮ੍ਰਿਤਕ ਲੋਕ ਆਉਂਦੇ ਨੇ ਉਹਨਾਂ ਦਾ ਸੰਸਕਾਰ ਕਰਵਾਉਣ ਵਿੱਚ ਸਹਾਇਤਾ ਕਰਦੇ ਨੇ। ਬੂਟੇ ਗੱਪੀ ਵਰਗੇ ਲੋਕ ਅੱਜ ਦੁਨੀਆ ਵਿੱਚ ਬਹੁਤ ਘੱਟ ਨੇ। ਪਰਿਵਾਰ ਦੀ ਗੱਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹਨਾਂ ਦੇ ਪਰਿਵਾਰ ਵੈੱਲ ਸੈਟਲਡ ਹੈ, ਪਰਿਵਾਰ ਵਿੱਚ ਕਾਫੀ ਲੋਕ ਜੋ ਨੇ ਔਫਿਸਰ ਨੇ, ਅਤੇ ਬੂਟਾ ਜੋ ਆਪਣੇ ਕੱਪੜੇ ਪਾਉਂਦਾ ਹੈ ਉਹ ਵੀ ਜੋ ਇੱਥੇ ਦਾਨ ਪੁੰਨ ਆਉਂਦਾ ਹੈ, ਲੋਕ ਜੋ ਦੇ ਕੇ ਜਾਂਦੇ ਨੇ ਉਸਦੇ ਖਰੀਦਦਾ ਹੈ, ਜੋ ਪੈਨਸ਼ਨ ਆਉਂਦੀ ਹੈ ਉਸ ਨਾਲ ਵੀ ਲੋਕਾਂ ਦੀ ਸਹਾਇਤਾ ਹੀ ਕੀਤੀ ਜਾਂਦੀ ਹੈ। ਸਭ ਕੁਝ ਹੋਣ ਦੇ ਬਾਵਜੂਦ ਬੂਟਾ ਐਸੇ ਵਿੱਚ ਖੁਸ਼ ਹੈ ਕਿ ਉਹ ਲੋਕਾਂ ਦੀ ਸੇਵਾ ਕਰ ਰਿਹਾ ਹੈ। ਰਾਮਬਾਗ ਵਿੱਚ ਬੂਟੇ ਨੇ ਅੱਜ
ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ, ਲੋਕਾਂ ਅੱਗੇ ਝੋਲੀ ਅੱਡੀ ਰਾਮਬਾਗ ਨੂੰ ਸਾਫ਼ ਸੁਥਰਾ ਅਤੇ ਖੂਬਸੂਰਤ ਬਣਾਉਣ ਦੇ ਲਈ। ਲੋਕ ਦਾਗ ਦੇ ਕੇ ਚਲੇ ਜਾਂਦੇ ਨੇ, ਪਰ ਉਸ ਤੋਂ ਬਾਅਦ ਇੱਥੇ ਕੰਮ ਹੁੰਦਾ ਬੂਟੇ ਗੱਪੀ ਦਾ। ਉਸ ਤੋਂ ਬਾਅਦ ਜਿੰਨੀ ਕਿਰਿਆਵਾਂ ਹੁੰਦੀਆਂ ਨੇ ਫੁੱਲ ਚੁਗੇ ਜਾਣ ਤੱਕ, ਹਰ ਇੱਕ ਕਿਰਿਆ ਵਿੱਚ ਬੂਟਾ ਗੱਪੀ ਬਰਾਬਰ ਦਾ ਹਿੱਸੇਦਾਰ ਹੁੰਦਾ ਹੈ। ਫਿਲਹਾਲ ਵੇਖਦੇ ਹਾਂ ਅਵਾਰਡ ਹਾਸਲ ਕਰਨ ਵਾਲੇ ਬੂਟੇ ਗੱਪੀ ਦੀ ਜ਼ਿੰਦਗੀ ਹੋਰ ਕਿੰਨੇ ਕੁ ਲੋਕਾਂ ਦੇ ਲਈ ਚੰਗੀ ਬਣਦੀ ਹੈ, ਕਿੰਨੇ ਕੁ ਲੋਕ ਹੋਰ ਜੋ ਨੇ ਬੂਟੇ ਗੱਪੀ ਤੋਂ ਸੇਧ ਲੈ ਕੇ ਲੋਕਾਂ ਦੀ ਸੱਚੀ ਮਦਦ ਕਰਨ ਲਈ ਸਾਹਮਣੇ ਆਉਂਦੇ ਨੇ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ। 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਣਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।